ਵੱਡੀ ਸਾਰੀ ਡਾਕਟਰ ਬਣਨਾ, ਆਪਣੇ ਵੀਰੇ ਦਾ ਨਾਂ ਰੋਸ਼ਨ ਕਰਨਾ। ਵੀਰੇ ਆ ਦੇਖ ਆ ਤਾਂ ਫਟਿਆ ਵੇ, ਹੁਣ ਮੈਂ ਆ ਬੈਗ ਲੈ ਕੇ ਜਾਊਂ। ਵੀਰੇ खबर सामने आ रही है जी, पिंड शरीफगढ़ विच हुई घटना ने पूरे इलाके विच दहशत का माहौल पैदा कर दिता है जी। हाँ जी हाँ, उत्थे एक सिर कड्डी लाश मिली है। की है इस मौत का कारण, है या कोई यह आपसी रंजिश या फिर कोई गैंगस्टरवाद? साडे रिपोर्टर ग्राउंड लैवल तक जाके इस चीज़ की पुष्टि करनगे की है इस असल मौत का कारण। हाँ जी सर, लीजिए टेक, फिर करिए शुरू। चलो जी, चलो सर, आ जाओ सर, करिए शुरू। असी पहुंच चुके हैं जी पिंड शरीफगढ़, जिथे की बहुत ही दिल दहलाउण वाला मामला सामने आया है। इत्थे जो सिरकटी लाश मिली है उसकी पुष्टि करना बहुत ही मुश्किल है। नाल ही नाल पिंड वालों का कोई खास सहयोग नहीं दिता जा रहा। उन्हों का कहना है कि जो इंसान ने जो किया है बिल्कुल सही किया है, अपने घर की इज्जत लई हे किया है। यार सुखदीप, हाँ जी यार, गल तो जमा क्लीयर है। ਉਹ ਬੰਦੇ ਨੇ ਪਾਇਆ ਉਹਦੀ ਘਰ ਦੀ ਇੱਜ਼ਤ ਨੂੰ ਹੱਥ। ਉਹਨੇ ਉਹਨੂੰ ਮਾਰਤਾ, ਪੁਲਿਸ ਆਪਣੀ ਕਾਰਵਾਈ ਕਰ ਲੂਗੀ, ਬਿਲਕੁਲ ਉਹਨੂੰ ਸਜ਼ਾ ਮਿਲ ਗਈ। ਯਾਰ ਇਹ ਨਿਊਜ਼ ਤਾਂ ਆਪਾਂ ਨਾਰਮਲ ਬੁਲੇਟਿਨ ਦੇ ਵਿੱਚ ਪਾ ਸਕਦੇ ਹਾਂ। ਯਾਰ ਜੇ ਆਪਾਂ ਇੱਕ ਵਾਰ ਸੀਨੀਅਰ ਨਾਲ ਗੱਲ ਕਰਕੇ ਦੇਖ ਲਈਏ ਇੱਕ ਵਾਰੀ, ਉਹ ਕੀ ਕਹਿੰਦਾ ਸ਼ੁਕਲੇ ਨਾਲ। ਹਾਂ ਗੁੱਡ ਆਫਟਰਨੂਨ ਸਰ। ਵੈਰੀ ਗੁੱਡ ਆਫਟਰਨੂਨ ਸਰ। ਇੱਥੇ ਤਾਂ ਕੋਈ ਖਬਰ ਹੀ ਨਹੀਂ ਬਣਦੀ। ਸਰ ਉਹ ਬੰਦੇ ਨੇ ਉਹਦੀ ਘਰ ਦੀ ਜਿੱਦ ਨੂੰ ਹੱਥ ਪਾਇਆ ਤੇ ਉਹਨੇ ਉਹਦਾ ਕਤਲ ਕਰਤਾ। ਉਹ ਤੈਨੂੰ ਜ਼ਿਆਦਾ ਜੱਜ ਬਣਨ ਦੀ ਲੋੜ ਨਹੀਂ, ਤੈਨੂੰ ਪਤਾ ਆਪਣਾ ਚੈਨਲ ਮੰਤਰੀ ਸਾਹਿਬ ਚਲਾਉਂਦੇ ਆ, ਜੇ ਟੀਆਰਪੀ ਲੈਣੀ ਆ ਤਾਂ ਖਬਰ ਨੂੰ ਬ੍ਰੇਕਿੰਗ ਨਿਊਜ਼ ਬਣਾ ਕੇ ਪੇਸ਼ ਕਰ। ਤੈਨੂੰ ਤਨਖਾਹ ਮੈਂ ਦਿੰਦਾ, ਪਿੰਡ ਵਾਲੇ ਨਹੀਂ, ਸਮਝ ਗਿਆ? ਠੀਕ ਹੈ ਸਰ। ਭੈਣ ਚੋ ਕਹਿੰਦਾ ਬ੍ਰੇਕਿੰਗ ਨਿਊਜ਼ ਬਣਾਓ ਕੋਈ। ਅੱਛਾ ਬਣਾ ਫਿਰ, ਮਸਾਲੇਦਾਰ ਖਬਰ ਬਣਾ ਦੇ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਨੇ ਉਸ ਗੈਂਗਸਟਰ ਦੀਆਂ ਜਿਸ ਨੇ ਇਸ ਘਨੌਣੀ ਖਤਰਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹਦੇ ਗੈਂਗਸਟਰਾਂ ਨਾਲ ਵੀ ਲਿੰਕ ਹੋ ਸਕਦੇ ਨੇ। ਇਸ ਇਨਸਾਨ ਨੂੰ ਜਲਦੀ ਤੋਂ ਜਲਦੀ ਸਾਨੂੰ ਸਲਾਖਾਂ ਪਿੱਛੇ ਕਰਨਾ ਚਾਹੀਦਾ ਹੈ, ਜਿੱਥੇ ਕਿਤੇ। ਜੇ ਮੈਂ ਵੀਰੇ ਨੂੰ ਕੁਝ ਨਾ ਦੱਸਦੀ ਤਾਂ ਸ਼ਾਇਦ ਅੱਜ ਇਹ ਸਭ ਨਾ ਹੁੰਦਾ। ਸਲਾਖਾਂ ਪਿੱਛੇ ਹੋਣ, ਕੈਮਰਾਮੈਨ ਸੁਖਦੀਪ ਦੇ ਨਾਲ ਅਮਿਤ ਸ਼ਰਮਾ, ਡੀਟੀਸੀ ਨਿਊਜ਼। Thank you.
ਹੋਣਾ ਬਾਈ। ਉਹ ਜਿੰਦਰ ਤੂੰ ਘਾਬਰ ਨਾ, ਤੂੰ ਦੇਖੀਆਂ ਖਬਰਾਂ ਮੈਂ। ਕੋਈ ਨੀ, ਹੁਣ ਤੂੰ ਪਰਵਾਹ ਨਾ ਕਰ, ਤੂੰ ਮੇਰੇ ਕੋਲੇ ਰਹੀ। ਹਾਂ ਅੱਛਾ, ਆਪਣੀ ਨਹਿਰ ਤੇ ਜਿੰਦਰ ਇੱਕ ਬੁਰੀ ਖਬਰ ਹੋਰ ਆ, ਆਪਣੀ ਗੁੱਡੀ ਦੀ ਲਾਸ਼ ਮਿਲੀ ਆ ਨਹਿਰ ਚੋਂ। ਹੌਸਲਾ ਰੱਖ ਬਾਈ, ਇਹ ਤਾਂ ਹੁਣ ਜੰਗ ਸ਼ੁਰੂ ਹੋ ਗਈ। ਚੁੱਪ ਕਰ ਮੇਰਾ ਵੀਰ। ਓ ਬਾਈ, ਮੇਰੀ ਤਾਂ ਸਾਰੀ ਦੁਨੀਆ ਹੀ ਖਰਾਬ ਹੋ ਗਈ। ਵੱਡਾ ਡਾਕਟਰ ਬਣਾਉਣ ਦਾ ਸੁਪਨਾ ਦੇਖਿਆ ਸੀ ਮੈਂ। ਓ ਬਾਈ, ਮੈਂ ਹੁਣ ਕੀ ਕਰੂੰਗਾ, ਕਿਹਦੇ ਲਈ ਜਾਊਂਗਾ। ਹੌਸਲਾ ਰੱਖ ਬਾਈ, ਹੁਣ ਤੂੰ ਦੱਸ ਤੂੰ ਚਾਹੁੰਦਾ ਕੀ ਆ। ਬਾਈ, ਮੈਂ ਦੁਨੀਆ ਸਾਹਮਣੇ ਸੱਚਾਈ ਲੈ ਕੇ ਆਉਣੀ ਆ। ਸੱਚਾਈ? ਕੋਈ ਨੀ, ਮੈਂ ਤੇਰਾ ਪੂਰਾ ਸਾਥ ਦਊਂਗਾ। ਤੂੰ ਰੁਕ ਇੱਥੇ। ਸੱਚਾਈ ਇਹ ਕਰ ਹੁਣ ਸੱਚਾਈ ਬਿਆਨ। ਆ ਕੀ ਲੱਗਦਾ, ਕੋਈ ਅਮਲੀ ਡਿੱਗਿਆ ਪਿਆ ਏ। ਆ ਜਾਓ, ਚੱਕ ਦਿੰਦੇ ਆ, ਦੇਖਦੇ ਆ। ਹੁੰਦਾ ਨਸ਼ੇੜੀਆਂ ਦਾ, ਆ ਪੈ ਨੇ ਡਿੱਗੇ ਰਾਹਾਂ ਚ। ਉਹ ਬਾਈ ਬਾਈ, ਓਏ ਬਾਈ, ਓਏ ਬਾਈ, ਹੈਗਾ ਕਿ ਮਰ ਗਿਆ ਉਹ ਬਾਈ? ਛੱਡ ਦੋ ਬਾਈ, ਹਰ ਸਾਲ ਉਹ ਗੰਦ ਪਾਇਆ ਤੁਸੀਂ। ਬੰਦਾ ਓਏ,
ਇਹਦਾ ਸਿਧਰਾ ਉਹ ਇਹਦਾ ਗੁੰਗਾ ਤੂੰ ਇਹਦੀ ਪਰਵਾਹ ਨਾ ਕਰ ਉਹ ਪਰ ਰੱਖਣ ਨੂੰ ਪਿਆਰ ਨਾਲੇ ਪੈਂਦਾ ਗੁੱਸੇ ਦੇ ਨਾਲ ਉਹਨਾਂ ਪਿਓ ਵੜਦਾ ਤਾ ਚੱਲ 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 ਅੰਦਰ ठंडे दिमाग तो कम ले आपा ओनू मारना थोड़ी आ ओ तो सच्चाई कढ़ाउणी है सारी ए बच्चा खुला मोटर दा ओ किथे भजदा नहीं गया ओ ओए ओए हट फट 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 भाई उठ ओए पता भाई फिर मार ओए फट ओए उठ ओ उठ ओए का मर गया भाई यार भाई ओए तो मर गया यार ओ भाई ये तो मर गया मर गया हूं अगे की करिए तुसी सारे इत्थे चले जाओ हे सब नाल मैं आपे निपट लूंगा आ ले अज तो तेरा है लोड पैंदा नु वरत ली
रे आ देख आ तो फट गया वे हुन मैं आ बैग लेके जाऊंगी। तुम मेरे पीछे देख सकते हो बिल्कुल लाइव तस्वीरें ने उस गैंगस्टर दी हैं जिसने इस कानूनी खतरनाक घटना नु अंजाम दिता है। इले गैंगस्टर नाल भी लिंक हो सकदे ने। इस इंसान नु जल्दी तो जल्दी सानू सलाखा पीछे करना चाहिए है। जिथे किथे भी सानू इसकी सूह मिलदी है तां सानू ਚੜਿਆ ਚੁੜਿਆ ਮਤਲਬ ਕਿ ਰੇਪ ਬਲਾਤਕਾਰ ਤਾਂ ਨਹੀਂ ਹੋਇਆ, ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੀ ਇਹ ਆਪ ਤਸਵੀਰਾਂ ਦੀ ਹੈ ਜਾਂ ਗੈਂਗਸਟਰ ਦੀ ਹੈ ਜਿਸਨੇ ਇਸ ਕਾਨੂੰਨੀ ਖਤਰਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ? ਇਹਦੇ ਗੈਂਗਸਟਰਾਂ ਨਾਲ ਵੀ ਲਿੰਕ ਹੋ ਸਕਦੇ ਨੇ। ਇਸ ਇਨਸਾਨ ਨੂੰ ਜਲਦੀ ਤੋਂ ਜਲਦੀ ਸਾਨੂੰ ਸਲਾਖਾਂ ਪਿੱਛੇ ਕਰਨਾ ਚਾਹੀਦਾ ਹੈ। ਨਿਊਜ਼ ਚੈਨਲ ਮੀਡੀਆ ਦਾ ਸਾਡੇ ਤੇ ਬਹੁਤ ਡੂੰਘਾ ਅਸਰ ਹੁੰਦਾ ਹੈ। ਮੀਡੀਆ ਸਾਡੀ ਮਾਨਸਿਕਤਾ ਨੂੰ ਬਹੁਤ ਜਲਦੀ ਬਦਲ ਸਕਦੀ ਹੈ। ਸਾਡੇ ਵਰਗੇ ਨੋਰਮਲ ਲੋਕਾਂ ਨੂੰ ਚਾਹੀਦਾ ਹੈ ਕਿ ਖਬਰਾਂ ਨੂੰ ਸੁਣੋ ਤੇ ਉਹਨਾਂ ਤੇ ਰਿਐਕਟ ਕਰੋ, ਪਰ ਜੋ ਖਬਰਾਂ ਸੱਚੀਆਂ ਤੇ ਸਹੀ ਨੇ। ਅਫਵਾਹਾਂ ਤੇ ਯਕੀਨ ਨਾ ਕਰੋ, ਸੱਚ ਸੁਣੋ ਤੇ ਸ਼ੇਅਰ ਕਰੋ। ਕੀ ਪਤਾ ਖਬਰ ਕਿਸੇ ਦੀ ਮੌਤ ਦਾ ਕਾਰਨ ਹੀ ਨਾ ਬਣ ਜਾਵੇ।